ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਖੇਡ ਦੇ ਯੁਵਾ ਮੰਤਰੀ ਅਨੁਰਾਗ ਸਿੰਘ ਠਾਕੁਰ ਪਲਕੇ ਵੀ ਸਤੰਬਰ ਨੂੰ ਪੰਜਾਬ ਦੇ ਇੱਕ ਦਿਨਾ ਦੌਰੇ ਤੇ ਅਮ੍ਰਿਤਸਰ ਅਤੇ ਜਲੰਧਾ ਆ ਰਹੇ ਨੇ। ਉਹ ਪਹਿਲਾਂ ਅੰਮ੍ਰਿਤਸਰ ਆਊਂਡ ਕੀ ਅੰਮ੍ਰਿਤਸਰ ਵਿਸ਼ਵਵਿਦਿਆਕ ਸਿੰਘ ਠਾਕੁਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 52ਵੇਂ ਲਾਨਾ ਖੇਡ ਨਾਵਣ ਸਮਾਗਮ ਦੌਰਾਨ ਕੋ ਮੰਤਰੀ ਖੇਲੋ ਇੰਡੀਆ ਤੇ 올 ਇੰਡੀਆ ਇੰਟਰ ਯੂਨੀਵਰਸਿਟੀ ਪੱਧਰ ਤੇ ਵੱਖ-ਵੱਖ ਖੇਡਾਂ ਵਿੱਚ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਸਮੁੱਚੀ ਤੌਰ ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਾਲਸਾ ਨੂੰ ਟਰੋਫੀਆਂ ਨਾਲ ਸਨਮਾਨਿਤ ਕਰਨਗੇ। ਮਗਰੋਂ ਰੌਕ ਸਿੰਘ ਠਾਕੁਰ ਜਲੰਧਰ ਤੇ ਦੁਆਬਾ ਕਾਲਜ ਵਿੱਚ ਹੋਣ ਵਾਲੇ ਡਿਗਰੀ ਵੰਡ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਇਸ ਸਮਾਗਮ ਦੌਰਾਨ ਅਕਾਦਮਿਕ ਸੈਸ਼ਨਾਂ ਦੇ 552 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਕੀਆਂ